ਤੂੰ ਨੰਬਰੀਏ ਨੇ ਕੋਈ ਕਹਿੰਦਾ ਕੱਚੇ ਨੇ ਇਹ ਬਾਰਡਰ ਟੱਪ ਕੇ ਆਏ ਨੇ ਉਸਤਾਦ ਅਮਰੀਕਾ ਦੇ ਇਕੱਠੇ ਤੁਸੀਂ ਗੈਰ ਤੁਰਨੇ ਤਰੀਕੇ ਨਾਲ ਤੁਸੀਂ USA ਦੇ ਵਿੱਚ ਆ ਵੀ ਗਏ ਹੋ ਤਾਂ ਤੁਹਾਨੂੰ ਇਹ ਪੈਰ ਦੇ ਵਿੱਚ ਕੜਾ ਲਾ ਦਿੱਤਾ ਜਾਂਦਾ ਹੈ ਕੜਾ ਲਾਉਣ ਦੇ ਇਹ ਤੁਹਾਨੂੰ ਗਰੰਟਰ ਇੱਕ ਹੋਣਾ ਚਾਹੀਦਾ ਅਤੇ ਉਹ ਤੁਹਾਨੂੰ ਆਪਣੇ ਐਵੀਡੈਂਸ ਦੇ ਕੇ ਤੁਹਾਨੂੰ ਇਹ ਕੜਾ ਲਵਾ ਦੇਗਾ ਜੋ ਕਿ ਪੁਲਿਸ ਕਾਰਵਾਈ ਦੇ ਨਾਲ ਲੱਗੇਗਾ ਉਸ ਤੋਂ ਬਾਅਦ ਇਹ 70 ਮੀਲ ਤੱਕ ਜੇਕਰ 70 ਤੋਂ 75 ਮੀਲ ਤੱਕ ਤੁਸੀਂ ਜਾਂਦੇ ਹੋ ਤਾਂ ਉਸ ਗਰੰਟਰ ਨੂੰ ਫੋਨ ਚਲਾ ਜਾਵੇਗਾ ਕਿ ਤੁਹਾਡਾ ਬੰਦਾ ਇਹ 70 ਮੀਲ ਤੋਂ ਪਾਰ ਹੋ ਗਿਆ ਅਤੇ ਉਸ ਤੋਂ ਬਾਅਦ ਇਹ ਬੌਂਡ ਸਿਸਟਮ ਹੁੰਦਾ ਬੌਂਡ ਸਿਸਟਮ ਦੇ ਵਿੱਚ ਤੁਸੀਂ ਤੁਹਾਨੂੰ 8 ਤੋਂ 15 ਲੱਖ 20 ਲੱਖ 25 ਲੱਖ ਜਿੰਨਾ ਵੀ ਨੇ ਕੋਰਟ ਨੇ ਨਿਸ਼ਚਿਤ ਕਰਨਾ ਵੀ ਤੁਸੀਂ ਸਾਡੇ ਦੇਸ਼ ਵਿੱਚ ਗੈਰ ਤੁਰਨੇ ਤਰੀਕੇ ਨਾਲ ਆਏ ਹੋ ਤੁਹਾਨੂੰ ਅਸੀਂ ਇਹ ਫਾਈਨ ਕਰਾਂਗੇ ਅਤੇ ਫਾਈਨ ਕਰਨ ਤੋਂ ਬਾਅਦ ਤੁਸੀਂ ਉੱਥੇ ਜੇਕਰ ਇਹਦੀ ਵੈਲਿਡਿਟੀ ਹੈ ਜਿਹੜੀ ਉਹ ਦੇਵੇਗੀ ਵੀ 6 ਮਹੀਨਿਆਂ ਦੀ 2 ਸਾਲ ਦੀ ਉਸ ਤੋਂ ਬਾਅਦ ਤੁਹਾਡਾ ਵਰਕ ਪਰਮਿਟ ਲੱਗਿਆ ਪਰ ਇਹ ਗੈਰ ਤੁਰਨੇ ਤਰੀਕੇ ਨਾਲ ਠੀਕ ਆ ਇਸ ਕੜੇ ਦੀ ਜੋ ਬੈਕਅਪ ਹੈ ਉਹ ਸਿਰਫ 12 ਘੰਟੇ ਦੀ ਹੁੰਦੀ ਹੈ ਅਤੇ 12 ਘੰਟੇ ਤੋਂ ਬਾਅਦ ਜੋ ਕਿ ਇੱਕ ਹੋਰ ਬੈਟਰੀ ਸਾਨੂੰ ਚੇਂਜ ਕਰਨੀ ਪੈਂਦੀ ਹੈ ਉਹ ਬੈਟਰੀ ਹੈ ਠੀਕ ਹੈ ਇਹ ਬੈਟਰੀ ਜਦੋਂ ਮੰਨ ਲਓ ਇੱਕ ਮੋਬਾਈਲ ਦੇ ਤਰੀਕੇ ਦੇ ਵਾਂਗ ਹੀ ਹੈ ਸਿਰਫ 12 ਘੰਟੇ ਆ ਠੀਕ ਹੈ ਉਹ ਤੋਂ ਬਾਅਦ ਬੀਪਿੰਗ ਦਊਗੀ ਬੀਪਿੰਗ ਜਾਂ ਵਾਈਬ੍ਰੇਟ ਕਰੂਗੀ ਤਾਂ ਉਸ ਤੋਂ ਬਾਅਦ ਇਹ ਚੇਂਜ ਕਰ ਦਿੱਤੀ ਜਾਊਗੀ ਜਿਹੜਾ ਵਰਕ ਪਰਮਿਟ ਆ ਉਹ ਸਰਕਾਰ ਨੇ ਹੀ ਦੇਣਾ ਗਾ ਵੀ ਅਸੀਂ ਕਿੰਨਾ ਟਾਈਮ ਵੈਸੇ ਕਈ ਉੱਥੇ ਰਿਫਿਊਜੀ ਕੇਸ ਦਰਜ ਕਰਨ ਤੋਂ ਸਾਨੂੰ ਆਪਣੇ ਦੇਸ਼ ਤੋਂ ਖਤਰਾ ਪਰ ਇਸ ਨਾਲ ਸਾਡੇ ਦੇਸ਼ ਦੀ ਵੀ ਰੈਪੂਟੇਸ਼ਨ ਡਾਊਨ ਹੁੰਦੀ ਹੈ ਕਿ ਸਾਨੂੰ ਇਹ ਬਹੁਤ ਦੂਰ ਦੀਆਂ ਗੱਲਾਂ ਹੈਗੀਆਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਸ ਤਰੀਕੇ ਅਪਲਾਈ ਕਰਦੇ ਜਾਂ ਕਿਵੇਂ ਕੀ ਗੱਲਬਾਤ ਆ ਠੀਕ ਹੈ ਇਹ ਬਾਈ ਮੈਕਸੀਕੋ ਤੋਂ ਬਾਰਡਰ ਹੁੰਦਿਆਂ ਹੋਇਆ ਕ੍ਰੋਸ ਕਰਕੇ ਇੱਧਰ ਆਇਆ ਅਤੇ ਅੱਗੇ ਕੜਾ ਜਿਹੜਾ ਕਿ ਤੁਹਾਨੂੰ ਲਾ ਦਿੱਤਾ ਜਾਂਦਾ ਇਹ ਬੀਪਿੰਗ ਦਿੰਦਾ ਅਤੇ ਤੁਹਾਨੂੰ ਬਸ ਹੌਲੀ ਹੌਲੀ ਇਹ ਕੰਮ ਕਰੀ ਜਾਂਦੇ ਆ ਅਤੇ ਅੱਗੇ ਵੀ ਜੇ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਧੰਨਵਾਦ।